ਸ਼ੁਰੂਆਤ ਅਸੀਂ ਰਾਤ ਕਰ ਲਈ ਸੀਗੀ ਵੀਡੀਓ ਦੀ, ਅਤੇ ਬਾਅਦ 'ਚ ਅਸੀਂ ਬਣਾਈ ਨੀਗੀ। ਅਤੇ ਹੁਣ ਮੈਂ ਦਿਖਾਉਂਦੀ ਹਾਂ ਕਿ ਗਗਨ ਕੀ ਕਰਦੀ ਹੈ। ਅਤੇ ਮੈਂ ਜਾਣਾਗਾ ਆਂਗਣਵਾੜੀ 'ਚ, ਰੋਟੀ ਮੈਂ ਖਾ ਲਈ। ਗਗਨ ਮਾਰੀ ਜਾਂਦੀ ਹੈ ਝਾੜੂ, ਅਤੇ ਬਸ ਝਾੜੂ ਪੋਚਾ ਰਹਿ ਗਿਆ ਇਹਦਾ। ਅਤੇ ਉੱਧਰਲੇ ਬੈੱਡ ਦੀ ਚਾਦਰ ਠੀਕ ਕਰਤੀ ਸੀਗੀ ਮੈਂ, ਇੱਧਰਲੇ ਦੀ ਇਹਨੇ ਕਰ ਲਈ ਇੱਧਰ, ਕਿਉਂਕਿ ਨਵੀਂ ਬਾਅਦ 'ਚ ਉੱਠਦੀ ਹੈਗੀ। ਕੂੜਾ ਦੇਖੋ ਸਾਡੇ ਐਂ ਨਿਕਲਦਾ ਗਾ, ਭਾਂਡੇ ਰਹਿ ਗਏ ਇਹਦੇ, ਮੈਨੂੰ ਲੱਗਦਾ ਭਾਂਡੇ ਤਾਂ ਮਾਜਤੇ। ਰਸੋਈ 'ਚ ਪੋਚਾ ਰਹਿ ਗਿਆ, ਰਸੋਈ ਦੀ ਸੈਲਫ ਵੀ ਸਾਫ਼ ਹੋ ਗਈ। ਅਤੇ ਹੁਣ ਮੈਂ ਆ ਕੇ ਮਿਲੂੰਗੀ ਆਂਗਣਵਾੜੀ 'ਚੋਂ, ਅਤੇ ਫਿਰ ਦੇਖਦੇ ਕੀ ਕੰਮ ਕਰ ਰਹੇ ਹਾਂ। ਕੰਮ ਤਾਂ ਅੱਜ ਮੈਂ ਸੁਬਹਾ ਕੱਪੜੇ ਧੋਣੇ ਸੀਗੇ, ਅਤੇ ਨਵੀਂ ਟਾਈਮ ਵਾਲਾ ਲਾ ਜਾਂਦੀ ਹੈ ਨਹਾਉਣ 'ਤੇ, ਫਿਰ ਮੈਂ ਧੋਤੇ ਨਹੀਂ, ਮੈਂ ਹਜੇ ਲਾ ਕੇ ਧੋ ਲਾਂਗੇ। ਅਤੇ ਹੁਣ ਮੈਂ ਚੱਲਦੀ ਹਾਂ, ਉਦੋਂ ਮੈਂ ਗਗਨ ਆਪਦਾ ਝਾੜੂ ਪੋਚਾ ਲਾ ਲੂੰਗੀ, ਅਤੇ ਵਿਹਲੀ ਹੋ ਜੂਗੀ। ਆਹ ਦੇਖੋ ਇੱਕ ਅਸੀਂ ਨਵੀਂ ਉਹ ਲਾਈ ਹੈ ਬੂਟੀ, ਅਤੇ ਦੇਖੋ ਇਹਦੀਆਂ ਫੋਟਾਂ ਵੀ ਨਿਕਲ ਆਈਆਂ, ਕੱਟ ਕੱਟ ਕੇ ਲਾਈ ਹੋਈ ਹੈਗੀ, ਅਤੇ ਇਹਦੀਆਂ ਫੋਟਾਂ ਸਾਰੀਆਂ ਨਿਕਲ ਆਈਆਂ। ਇਹਦੇ 'ਤੇ ਪੀਲੇ ਵੱਡੇ ਵੱਡੇ ਫੁੱਲ ਲੱਗਣਗੇ, ਇੱਕ ਅਸੀਂ ਇਹਦੇ 'ਚ ਲਾ ਦੇ। ਹਾਂ ਸਾਡੇ ਫੁੱਲ ਨਿਕਲਣਗੇ ਅੱਜ, ਖਿੜਨਗੇ ਪੀਲੇ ਪੀਲੇ। ਅਤੇ ਆਹ ਸਾਡਾ ਪਤੀਨਾ, ਆ ਕੇ ਲਾਊਂਗੀ ਮੈਂ। ਆਹ ਜਿੱਦੇ ਅਮਨ ਦੀ ਛੱਤ ਪਈ ਸੀ ਉੱਥੇ ਉਹਨਾਂ ਦੇ ਲਿਆਈ ਸੀਗੀ, ਉਹਨਾਂ ਦੇ ਬਾਹਰ 'ਚ ਲੱਗੇ ਹੈਗੇ ਆਂਟੀ ਕੇ ਤੋੜ ਕੇ, ਇਹ ਵੀ ਵਧੀਆ ਚੱਲ ਪਈ। ਅਤੇ ਇੱਕ ਸਾਡੇ ਬੈਂਗਣੀ ਲੱਗੀ ਗਈ, ਸਾਡਾ ਪਾਰਸਲ ਆ ਗਿਆ, ਅਸੀਂ ਫੜ ਕੇ ਲੈ ਕੇ ਆਉਂਦੇ ਹਾਂ। ਹਾਂਜੀ ਪਾਰਸਲ ਅਸੀਂ ਲੈ ਲਿਆ ਆਪਣਾ, ਹੁਣ ਚੱਲਦੇ ਹਾਂ ਘਰ ਖੋਲ੍ਹ ਕੇ ਦੇਖਾਂਗੇ ਅਸੀਂ। ਹਾਂਜੀ ਨਵੀ ਖੋਲੂਗੀ ਸਾਡਾ ਪਾਰਸਲ। ਹੈਲੋ ਨਵੀ, ਗ੍ਰੇਚੀ ਤੂੰ ਨਹੀਂ ਖੋਲ੍ਹਣਾ, ਸੁੰਘਦੀ ਹੈ ਇਹ। ਅਤੇ ਇਹਦੇ ਵਿੱਚ ਕੀ ਨਿਕਲਗਾ ਉਹ ਵੀ ਤੁਹਾਨੂੰ ਦਿਖਾਉਣੇ ਹੈਗੇ। ਅਤੇ ਇਹਦੇ 'ਚੋਂ ਐਂ ਕਿਵੇਂ ਕੱਢਾਂਗੇ? ਕ੍ਰੇਸੀ ਨੂੰ ਦੇ ਇੰਨਾ ਵੀ। ਨਾ ਕ੍ਰੇਸੀ ਨਾ, ਪੜਾਕੇ ਭੁੰਦੀ ਹੈ ਦੇਖੀ ਇਹਦੇ, ਆਓ ਦੇਖੀ 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 ਕੀ ਕਰੀ ਜਾਂਦੀ ਹੈ। ਤੂੰ ਵੀ ਆਹੀ ਕੰਮ ਚਲਾ ਤਾ, ਖੋਲ ਦੇਣ ਫੇਰ ਲੈ ਉਹ ਕਰ ਲੀ। ਹੁਣ ਇਹਨੂੰ ਅਸੀਂ ਫਿੱਟ ਕਰਾਂਗੇ ਸਾਰਾ ਕੁਝ ਜੜ ਕੇ, ਫਿਰ ਇਹਦਾ ਪਤਾ ਲੱਗੂ ਸਹੀ। ਲੈ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਆਪਣੇ ਮਾਲਵਾ ਬਲੌਗ ਵਿੱਚ। 5-6 ਦਿਨ ਹੋ ਗਏ ਅਸੀਂ ਵੀਡੀਓ ਨਹੀਂ ਬਣਾਈ ਸੀ, ਅਤੇ ਅੱਜ ਬਣਾਈ ਹੈ ਕਿ ਕਾਹ ਤੋਂ ਨਹੀਂ ਬਣਾਈ ਉਹ ਵੀ ਦੱਸੂਗੀ ਤੁਹਾਨੂੰ। ਅਤੇ ਆਹ ਵਾਲਾ ਮੰਗਾਇਆ ਸੀ ਡਰਾਈ ਫਰੂਟ, ਹੁਣ ਇਹਦੇ ਨਾਲ ਬਣਾਇਆ ਕਰੂੰਗੀ ਵੀਡੀਓ, ਕਿਉਂਕਿ ਮੇਰੇ ਨਾ ਹੱਥ 'ਚ ਦਰਦ ਹੁੰਦਾ ਸੀ, ਆਹ ਬਾਂਹ ਦਰਦ ਕਰਦੀ ਸੀਗੀ, ਅਤੇ ਆਹ ਉਂਗਲ 'ਚ ਦਰਦ ਬਹੁਤ ਹੁੰਦਾ ਸੀਗਾ, ਇਸ ਕਰਕੇ ਮੈਂ ਵੀਡੀਓ ਬਣਾਈ ਨਹੀਂ। ਅਤੇ
ਗ੍ਰਿਚ ਤੂੰ ਵੀ ਭਜਾਈ ਜਾਂਦਾ ਦੇਖੀ ਦੇਖ ਤਰੋਈ ਵੀ ਲੱਗੀ ਪਈ ਹੈ ਦੇਖ ਦੇਖ ਦੇਖੋ ਆਹ ਦੇਖੋ ਇਹਨੂੰ ਫਿੱਟ ਕਰਨਾ ਪਊਗਾ ਆਹ ਐਲ ਈ ਡੀ ਹੈਗੀ ਚਾਹ ਪੀ ਕੇ ਅਸੀਂ ਇਹਨੂੰ ਫਿੱਟ ਕਰਕੇ ਫਿਰ ਇਹਦੇ ਨਾਲ ਵੀਡੀਓ ਬਣਾਵਾਂਗੇ ਹਾਂਜੀ ਅਸੀਂ ਨਾ ਬੂਟੀ ਲਾਈ ਸੀ ਦੇਖੋ ਐਂ ਨਿੱਕੇ ਨਿੱਕੇ ਫੁੱਲ ਖਿੜੇ ਇਹਦੇ ਬਹੁਤ ਸੋਹਣੇ ਚੱਲਦੇ ਆ ਅੰਦਰ ਦੇਖਦੀ ਹਾਂ ਕੀ ਕਰਦੀਆਂ ਇਹ ਅੱਜ ਮੈਂ ਵੀਡੀਓ ਨਾ ਆਂਗਣਵਾੜੀ 'ਚੋਂ ਆ ਕੇ ਉਦੋਂ ਬਣਾਈ ਸੀਗੀ ਗਗਨ ਹੁਣੀ ਨਹਾ ਕੇ ਹਟੀ ਹੈ ਹੈਲੋ ਅਤੇ ਇਹਨੇ ਝਾੜੂ ਪੋਚਾ ਸਾਰੇ ਲਾਤਾ ਸੀਗਾ ਅਤੇ ਮੈਂ ਆਂਗਣਵਾੜੀ 'ਚ ਵਗ ਗਈ ਸੀਗੀ ਨਵੀਂ ਵੀ ਅੱਜ ਹੁਣੀ ਨਹਾਤੀ ਹੈ ਕਿਉਂਕਿ ਇਹਨੂੰ ਛੁੱਟੀ ਸੀਗੀ ਮੈਂ ਤਾਂ ਆਖਿਆ ਗਗਨ ਚਾਹ ਬਣਾਈ ਜਾਂਦੀ ਹੈ ਕਦੇ ਮੈਂ ਕਿੰਨਾ ਟਾਈਮ ਹੋ ਗਿਆ ਆਈ ਨੀਗੀ ਫਿਰ ਜਦੋਂ ਮੈਨੂੰ ਐਂ ਵਾਸ਼ਨਾ ਜੀ ਆਈ ਉਦੋਂ ਪਤਾ ਲੱਗਿਆ ਬੇਸਣ ਦੇ ਉਹ ਬਣਾਈ ਜਾਂਦੇ ਚਿੱਲੇ ਤਵਾ ਬਾਹਲਾ ਖਰਾਬ ਹੁੰਦਾ ਇਹ ਪਤਾ ਨਹੀਂ ਕਰ ਅੱਜ ਤੁਸੀਂ ਵੀ ਖਾ ਲਓ ਇੱਧਰ ਸਾਡੀ ਅੰਗਰੇਜ਼ਣ ਬੈਠੀ ਹੈਗੀ ਅੰਗਰੇਜ਼ੀ ਬਾਹਰ ਬੈਠੀ ਹੈਗੀ ਨਹਾ ਕੇ ਨਵਾਈ ਹੈ ਲਓ ਜੀ ਆ ਜਾਓ ਤੁਸੀਂ ਵੀ ਖਾ ਲਓ ਚਿੱਲੇ ਬੇਸਣ ਦੇ ਚਿੱਲੇ ਪੂੜੇ ਵੀ ਕਹਿ ਦਿੰਦੇ ਇਹਨੂੰ ਆਪਾਂ ਨੇ ਟਰਾਈਪੋਡ ਜੋੜ ਲਿਆ ਅਤੇ ਇਹਦੇ 'ਚ ਐਲ ਈ ਡੀ ਵੀ ਲੱਗੀ ਹੈ ਅਤੇ ਇਹਦੇ 'ਚ ਮੈਕ ਲੱਗਿਆ ਹੈਗਾ ਆਵਾਜ਼ ਵਾਸਤੇ ਇਹਦੇ ਨਾਲ ਐਂ ਬਣਾਇਆ ਕਰਾਂਗੇ ਵੀਡੀਓ ਹੁਣ ਸੋਹਣੀ ਹੁੰਦੀ ਇਹਦੇ ਨਾਲ ਇੱਧਰ ਸਾਡੀ ਗ੍ਰੇਸੀ ਸੁੱਤੀ ਪਈ ਹੈਗੀ ਹੁਣ ਮੈਂ ਧੋਊਂਗੀ ਕੱਪੜੇ ਕੱਪੜੇ ਮੇਰੇ ਬਾਲੇ ਸਾਰੇ ਧੋਣ ਵਾਲੇ ਹੈਗੇ ਅਤੇ ਹੁਣ ਆਪਾਂ ਧੋਵਾਂਗੇ ਕੱਪੜੇ ਕਿਉਂਕਿ ਹੁਣ ਸੁੱਕ ਜਾਣਗੇ ਧੁੱਪ ਵੀ ਹੈਗੀ ਹੈਗੀ ਬਾਥਰੂਮ ਸਾਫ਼ ਕਰੂੰਗੀ ਮੈਂ ਨਾਲੇ ਅਤੇ ਹੁਣ ਸਾਫ਼ ਹੀ ਹੈਗਾ ਕਿਉਂਕਿ ਪਰਸੋਂ ਧੋਤਾ ਸੀ ਉਦੋਂ ਵੀਡੀਓ ਬਣਾਈ ਨਹੀਂ ਗਈ ਆਪਾਂ ਨੇ ਅਤੇ ਹੁਣ ਕੱਪੜੇ ਧੋ ਕੇ ਫਿਰ ਸਾਫ਼ ਕਰ ਦਿੰਦੇ ਹਾਂ Thank you.
ਇੱਧਰੋਂ ਗੰਦਾ ਹੈਗਾ ਅਤੇ ਗਗਨ ਪਾ ਕੇ ਆਊਗੀ ਕੱਪੜੇ ਸੁੱਕਣੇ ਨਵੇਂ ਨੂੰ ਲੈ ਜਾ ਨਾਲ ਇਹਦੇ ਵਿੱਚ ਇੱਕ ਕੰਬਲ ਆ ਛੋਟਾ ਧੋਤਾ ਵਾ ਹਾਂਜੀ ਕੱਪੜੇ ਤਾਂ ਮੈਂ ਮਸ਼ੀਨ 'ਚ ਪਾਏ ਸੀਗੇ ਅਤੇ ਪਰ ਫਿਰ ਵੀ ਮੈਂ ਮਾੜੀ ਮਾੜੀ ਸਾਬਣ ਲਾ ਕੇ ਨਾ ਅਤੇ ਫਿਰ ਧੋਤੇ ਹੈਗੇ ਕਿਉਂਕਿ ਫਿਰ ਤਾਂ ਆ ਤਾਂ ਮਸ਼ੀਨ ਲੰਘੀ ਨੀਗੀ ਕੱਪੜੇ ਜ਼ਿਆਦਾ ਸੀ ਤਾਂ ਮੈਂ ਮਸ਼ੀਨ 'ਚ ਪਾ ਲਏ ਇੱਕ ਧੋਤਾ ਗਾ ਕੰਬਲ ਹਾਂਜੀ ਬਾਥਰੂਮ ਚੰਗੀ ਤਰ੍ਹਾਂ ਸਾਫ਼ ਹੋ ਗਿਆ ਮੈਂ ਤਾਂ ਨਹੀਂ ਕੁਛ ਕੀਤਾ ਚੁੰਨੀ ਨਾਲ ਬੂਟੇ ਨੂੰ ਪਾਣੀ ਪਾਉਂਦੀ ਹੈ ਅਤੇ ਗਗਨ ਕੱਪੜੇ ਸੁੱਕਣੇ ਪਾਈ ਜਾਂਦੇ ਉੱਧਰਲੀ ਤਾਰ 'ਤੇ ਪਾ ਤੇ ਕੰਬਲ ਉੱਧਰ ਪਾ ਤਾ ਧੁੱਪ ਲੱਗਦੀ ਹੈ ਹਾਂਜੀ ਕੱਪੜੇ ਸਾਰੇ ਸੁੱਕਣੇ ਪੈ ਗਏ ਅਤੇ ਹੁਣ ਜਾਵਾਂਗੇ ਅਸੀਂ ਥੱਲੇ ਜਾਂਦੇ ਹਾਂਗੇ ਚਲੋ ਹਾਂਜੀ ਸਬਜ਼ੀ ਨੂੰ ਵੀ ਤੜਕਾ ਲਾ ਤਾ ਗਗਨ ਨੇ ਪਹਿਲਾਂ ਅਸੀਂ ਕੱਦੂ ਅਤੇ ਦਲੇ ਛੋਲੇ ਬਣਾਉਂਦੇ ਸੀਗੇ ਅਤੇ ਕੱਪੜੇ ਸੁੱਕਣੇ ਪਾ ਕੇ ਅਸੀਂ ਆ ਗਏ ਹਾਂਜੀ ਵੀਡੀਓ ਆਪਣੇ ਕਈ ਦਿਨਾਂ ਬਾਅਦ ਬਣਾਈ ਸੀਗੀ ਅਤੇ ਵੀਡੀਓ ਮੈਂ ਤਾਂ ਨਹੀਂ ਬਣਾਈ ਕਿਉਂਕਿ ਮੇਰੇ ਬਾਂਹ 'ਚ ਦਰਦ ਬਹੁਤ ਹੁੰਦਾ ਸੀਗਾ ਅਤੇ ਮੇਰਾ ਫਿਰ ਜੀ ਨਹੀਂ ਕੀਤਾ ਆਹ ਵਾਲਾ ਹੱਥ ਜ਼ਿਆਦਾ ਦਰਦ ਕਰਨ ਲੱਗ ਗਿਆ ਸੀ ਇੱਥੇ ਡੋਲੇ ਤੋਂ ਲੈ ਕੇ ਇੱਥੇ ਚਲੋ ਹੁਣ ਬਣਾਉਂਦੇ ਹਾਂ ਵੀਡੀਓ ਅੱਜ ਫਿਰ ਅਸੀਂ ਬਣਾਈ ਸੀ ਮਾੜੀ ਮੋਟੀ ਪਹਿਲਾਂ ਦੀ ਬਣਾਈ ਹੋਈ ਹੈਗੀ ਜਿੱਦਾਂ ਮੀਂਹ ਆਇਆ ਸੀਗਾ ਅਤੇ ਹੁਣ ਆਪਾਂ ਵੀਡੀਓ ਤਾਂ ਕਰਾਂਗੇ ਇੱਥੇ ਸਮਾਪਤੀ ਅਤੇ ਮਿਲਦੇ ਹਾਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ